ਮਾਸ਼ਾਅੱਲਾ ਮਾਸ਼ਾਅੱਲਾ ਟੱਕੀ ਦੇ ਸਣੇ ਮੂੰਹ 'ਚ ਪਾਣੀ ਪਾਣੀ ਹੋਈ ਗਿਆ ਉਸੀ ਹੈ ਤਾਂ ਜਿਸ ਇਸ ਟਿੱਕਾ ਬੋਟੀ ਸੋ ਖਾਸ ਹੋਇਆ ਤਾਂ ਅੰਗਲਾਂ ਚੜਨੇ ਰਹਿ ਜਾ ਸੋ ਜੀ ਸਹੀ ਗੱਲ ਹੈ ਜੀ ਮੈਂ ਯਾਰ ਅੱਜ ਬੋਟੀ 'ਚੋਂ ਮੈਂ ਧੂੰਆਂ ਨਿਕਲੀ ਰਿਹਾ ਜੀ ਤਾਂ ਮਾਵਾ ਜੀ ਇੱਕ ਸੀਖ ਕਿਸ ਰਿਹਾ ਇਹ ਇੱਕ ਸੀਖ ਤੁਸਾਂ ਕੀ 100 ਰੁਪਏ ਨਹੀਂ ਲੱਭਣੀ ਤਾਂ ਇੱਕ ਸੀਖ ਐਸੀ ਹੈ ਜਿਹੜੀ ਤੁਸਾਂ ਕੀ 200 ਰੁਪਏ ਲੱਭਣੀ 100 ਲਈ ਕਹਿ ਰਹੀ ਹੈ ਤਾਂ 100 ਲਈ ਤੁਸਾਂ ਕੀ ਇਹ ਇਹ ਦੱਸ ਦੇਣਾ ਪਿਆ ਇਹ 100 ਵਾਲੀ ਆ ਇਹ 100 ਵਾਲੀ ਠੀਕ ਆ ਠੀਕ ਹੋਈ ਗਿਆ ਤਾਂ 200 ਵਾਲੀ ਕਰੀਏ ਕਿ 200 ਵਾਲੀ ਇਹ ਆ ਦੱਸ ਅੱਛਾ ਇਹ 200 ਵਾਲੀ ਆ ਜੀ ਜੀ ਆ 200 ਵਾਲੀ ਡਿਡਿਆਲ ਸੂਈ ਨਾ ਖਾਦੇ ਇੱਥੋਂ ਹੀ ਨਾ ਖਾਦੇ ਚਲ ਜੀ ਬੜੇ ਜ਼ਬਰਦਸਤ ਪੱਕੇ ਆਲਾ ਕਿਸਮ ਨੇ ਹਾਂ ਇਸ ਤੋਂ ਪਹਿਲੇ ਵੀ ਗਾਣੇ ਨੇ ਪਰ ਇਹ ਚੀਜ਼ ਕੋਈ ਹੋਰ ਹੈ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਉਮੀਦ ਕਰਨਾ ਸਾਡੀ ਛਕ ਸੋ ਖੁਸ਼ ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ ਵੋ ਅਮਾਨ ਚ ਸੋ ਮੈਂ ਰਾਸ਼ਿਦ ਸ਼ਬੀਰ ਸੋ ਤਕੀਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅੱਜ ਸੋਣੀ ਖਿਦਮਤ ਫਿਰ ਆਜ਼ਰਾਂ ਜੀ ਇੱਕ ਨਵੀਂ ਵੀਡੀਓ ਕਨੀ ਤਾਂ ਇਸ ਵੇਲੇ ਮੈਂ ਮੌਜੂਦ ਹਾਂ ਜੀ ਸਿਆਖ ਰੋਡਾ ਪਰ ਸਫ਼ਰ ਮਾਰਾ ਜਿਹੜਾ ਆਇਆ ਜੀ ਉਹ ਹੈ ਸੁਮਰੋਠਾ ਮੋੜ ਨੀ ਤਰਫ ਘਰੋਂ ਭੇਜੀ ਉੜਿਆ ਰਹਿ ਗਏ ਜਾਓ ਜੀ ਬਜ਼ਾਰਾ ਹੀ ਫਿਰ ਛੋਇਆ ਕੋਈ ਚੀਜ਼ਾਂ ਕਿ ਨਹੀਂ ਛੋਇਆ ਅਸੀਂ ਬਜ਼ਾਰ ਇਹ ਕੋਲ ਲਾਉਣਾ ਸੀ ਤਾਂ ਅਸਾਂ ਵੀ ਤੁਰੀ ਪਏ ਹਾਂ ਫਿਰ ਮੈਂ ਪੁੱਛੀ ਆਇਆ ਜੀ ਆਪਣੇ ਗ੍ਰਹਿਣੀ ਬੰਨੀ ਪਰ ਬੰਨ ਜਿਹੜੀ ਆਇਆ ਜੀ ਉਹ ਇੱਧਰ ਹੈ ਪਰ ਰੋਡ ਸਾਡੀ ਇੱਧਰ ਹੈ ਸਿਆਹ ਹਾਲੀ ਤਾਂ ਸਿਆਹ ਰੋਡਾ ਉਸ ਤੱਕ ਹੈ ਮਾਹੌਲ ਮਾਸ਼ਰਾ ਰਾਤਾਂ ਗਾਈਆਂ ਇੱਥੇ ਆਇਆ ਚੀਜ਼ਾਂ ਹੁਣ ਬਹਿਣਾ ਸ਼ੁਰੂ ਹੋ ਗਈਆਂ ਕਿਉਂਕਿ ਅਸਾਂ ਜਿਸ ਵੀ ਥੁਨਕ ਤੇ ਆਉਣਾ ਖਾਸ ਕਰ ਤਾਂ ਰਾਤੀ ਇੱਥੇ ਗਾਈਆਂ ਤਾਂ ਜਾਂ ਘੋੜੇ ਪੱਕੇ ਬੈਠੇ ਵੀ ਹੋਏ ਅੱਜ ਅਸਾਂ ਕਿੱਥੇ ਘੋੜੇ ਤੋਂ ਨਜ਼ਰ ਆਈ ਹੈ ਪਰ ਗਾਈਆਂ ਅਸਾਂ ਕਿੱਥੇ ਨਜ਼ਰ ਆਈ ਰਹੀਆਂ ਹੁਣ ਇੱਥੇ ਹੀ ਬੈਸਣਾ ਕੋਈ ਜਾਣੀਆਂ ਨਹੀਂ ਆਰਾਮ ਸਕੂਨ ਨਾਲ ਥਾਪਿਓ ਹੈ ਕਿਉਂ ਉੱਠ ਰਹੀਆਂ ਉਹ ਸੋਹਣੀ ਜਗ੍ਹਾ ਹੈ ਸੋਹਣੀ ਥਾਪਿਓ ਖੈਰ ਅਸਾਂ ਜਾ ਰਹੇ ਜੀ ਸਮਰੋਠਾ ਮੋੜਨੀ ਤਰਫ ਉੱਥੇ ਛਾਪਾ ਵਜਾ ਸਾਂ ਉੱਥੋਂ ਘਿੰਸਾਂ ਅਸਾਂ ਇੱਕ ਦੋ ਚੀਜ਼ਾਂ ਤਾਂ ਖੁੱਲ੍ਹਾਂ ਸਾਂ ਉੱਥੇ ਬਿਲਕੁਲ ਹੀ ਨਹੀਂ ਯਾਰ ਨੱਸ ਕੇ ਆ ਜਾਣਾ ਵਾਪਸ ਮੁੜੀ ਤਾਂ ਕੋਟ ਦੋਸਤੋ ਇਸ ਵੇਲੇ ਹੋਈ ਗਿਆ ਟਾਈਮ ਜੀ ਸ਼ਾਮ ਨਾ ਤਾਂ ਅਸਾਂ ਆ ਗਏ ਹਾਂ ਜੀ ਸਮਰੋਠਾ ਮੋੜ 'ਚ ਐਸਾ ਚੱਕ ਕਰੋ ਜੀ ਸ਼ਾਮ ਨੇ ਟਾਈਮ ਦੀਆਂ ਰੌਣਕਾਂ ਇੱਥੇ ਆਵਾਮ ਆਈ ਰਹੀ ਆ ਜੀ ਸ਼ਾਪਿੰਗ ਕਰਨ ਵਾਸਤੇ ਕਿਉਂਕਿ ਇਹ ਸਿਆਖ ਰੋਡ ਪਰ ਬਿਲਕੁਲ ਵਾਕਿਆ ਜੀ ਅਫਜ਼ ਜੀ ਸਟੋਰ ਤਾਂ ਸੁਮਾਣੀ ਸੁਪਰ ਸਟੋਰ ਇੱਥੇ ਆਵਾਮ ਸ਼ਾਪਿੰਗ ਮਾਣੀਆਂ ਮਛੀਆਂ ਜੀ ਬੜੇ ਬੜੇ ਦੂਰੋਂ ਨਾ ਸਿਰਫ ਇੱਥੇ ਖੈਰੀ ਦੀਆਂ ਆਵਾਮ ਮਛੀਆਂ ਬਿਲਕੁਲ ਚਤਰਨ ਦੀ ਆਵਾਮ ਸਿਆਖ ਦੀ ਆਵਾਮ ਕੋਠੇ ਦੀ ਆਵਾਮ ਔਰ ਫਾਦਮਾਬਾਦ ਦੀ ਆਵਾਮ ਇੱਥੇ ਹੀ ਸ਼ਾਪਿੰਗ ਕਰੀ ਤਾਂ ਜਾਣੀ ਆ ਇਸ ਤੱਕ ਹੋਣਾ ਜੀ ਸਮਰੋਠੇ ਦੀਆਂ ਆਵਾਮ ਵੀ ਇੱਥੇ ਹੀ ਅਛਣੀ ਆ ਸ਼ਾਪਿੰਗ ਕਰਨ ਵਾਸਤੇ ਮੈਂ ਇੱਕ ਚੀਜ਼ਾਂ ਦੀ ਜ਼ਰੂਰਤ ਸੀ ਤਾਂ ਮੈਂ ਇੱਥੇ ਆਇਆ ਸਮਰੋਠੇ ਮੋੜਾ 'ਚ ਮੈਂ ਚਲੋ ਜੁਲੇ ਹਾਂ ਪੈਦਲ ਹੀ ਸਮਰੋਠਾ ਮੋੜ ਉੱਥੋਂ ਇਹ ਚੀਜ਼ ਕਿ ਨੀਚ ਰਿਹਾ ਤਾਂ ਜੈਸੇ ਅਸਾਂ ਸਮਰੋਠੇ ਮੋੜ 'ਚ ਆਇਆ ਤਾਂ ਇੱਥੇ ਅਸਾਂ ਚੱਕ ਕੀਤਾ ਜੀ ਮਾਂ ਜੀ ਔਰ ਸਾਰੇ ਉਹਨਾਂ ਇੱਥੇ ਮਾਸ਼ਾਅੱਲਾ ਨਵੀਂ ਵਰਾਇਟੀ ਆਉਂਦੀ ਆ ਜੀ ਅਸਾਂ ਚੱਕ ਕਰੋ ਜੀ ਟਿੱਕਾ ਬੋਟੀ ਮਾਸ਼ਾਅੱਲਾ ਮਾਸ਼ਾਅੱਲਾ ਟੱਕੀ ਦੇ ਸਣੇ ਮੂੰਹਾਂ 'ਚ ਪਾਣੀ ਪਾਣੀ ਹੋਈ ਗਿਆ ਉਸ ਯਾਰ ਤਾਂ ਜਿਸ ਇਸ ਟਿੱਕਾ ਬੋਟੀ ਸੋ ਖਾਸ ਹੋਇਆ ਤਾਂ ਅੰਗਲਾਂ ਚੜਨੇ ਰਹਿ ਜਾ ਸੋ ਜੀ ਸਹੀ ਗੱਲ ਹੈ ਜੀ ਖੂਬਸੂਰਤੀ ਨਾਲ ਹਰ ਚੀਜ਼ ਤੁਸੀਂ ਲੱਭੀ ਅੱਛੇ ਮਿਆਰ ਨਾਲ ਇੱਕ ਤਾਂ ਖਾਸਾ ਤੁਸੀਂ ਪਤਾ ਲੱਗ ਸੀ ਕੀ ਅਜੇ ਟੇਸਟ ਹੈ ਜੀ ਹਾਂ ਬਹੁਤ ਬਿਹਤਰੀਨ ਚੀਜ਼ ਤਿਆਰ ਹੋਣੀ ਸੀ ਕਦੋਂ ਸ਼ੁਰੂ ਕੀਤਾ ਚਾਰ ਦਿਨ ਹੋ ਗਏ ਮੂੰਗਫਲੀ ਤਾਜ਼ੀ ਪੁੱਜਿਆ ਕਰ ਸੀ ਸੂਪ ਸਿੰਘ ਅੱਛਾ ਲੱਭਿਆ ਕਰ ਸੀ ਉਹ ਇਹ ਸਾਰਾ ਕੁਝ ਅਸਾਂ ਬੜੀ ਸੋਹਣੇ ਤਰੀਕੇ ਨਾਲ ਕਰਨੇ ਪਿਆ ਇਹ ਸਾਰੇ ਮਾਵਾ ਆਪੋ ਤਿਆਰ ਕਰੀ ਰਹੇ ਕੋਈ ਸਪੈਸ਼ਲ ਬੰਦਾ ਰੱਖਿਆ ਅਸਾਂ ਮੈਂ ਆਪ ਖੁਦ ਇਹ ਤਿਆਰ ਕਰਨਾ ਪਿਆ ਨਾਲ ਇੱਕ ਨਿਕਾ ਰੱਖਿਆ ਵਾ ਤਾਂ ਜਿਹੜਾ ਉੱਧਰ ਅਸਾਂ ਕੰਮ ਆਈ ਜਾਂ ਟੈਂਟਾਂ ਨਾਲ ਟੈਂਟਾਂ ਕਰਨੇ ਆ ਨਾਲ ਅਸਾਂ ਆਪ ਖੁਦ ਇਹ ਤਿਆਰ ਕਰਨੇ ਪਿਆ ਤੇ ਮਾਲ ਸਭ ਨਾਲ ਕੰਮ ਹੈ ਕੀ ਤਾਂ ਮਾਲ ਕੋਈ ਫਰੈਸ਼ ਹੈ ਜੀ ਜੀ ਮਾਲ ਫਰੈਸ਼ ਸਾਲਾ ਬਿਹਤਰੀਨ ਤਰੀਕੇ ਨਾਲ ਆ ਤੱਕ ਹੀ ਕੋਲ ਸਾਰਾ ਕੁਝ ਤੁਸਾਂ ਕੀ
ਮਾਸ਼ਾਅੱਲਾ ਸਾਡਾ ਝੱਕ ਹੈ ਜੀ, ਬਿਲਕੁਲ ਫਰੈਸ਼ ਤਾਜ਼ਾ ਔਰ ਅੱਖ ਲੱਗੀ ਵੀ ਹੈ ਔਰ ਕੋਲੇ ਪਖੀਰੇ ਤਾਂ ਨੀਚਾ ਸਾਂ ਝੱਕ ਹੋਇਆ ਜੀ। ਮੈਂ ਯਾਰ ਆ ਛੋਟੀ ਜੂ ਮੈਂ ਧੂੰਆਂ ਨਿਕਲੀ ਹੋਇਆ ਜੀ। ਤਾਂ ਮਾਵਾ ਜੀ ਇੱਕ ਸੀਖ ਕਿਸ ਰਿਹਾ ਇਹ ਇੱਕ ਸੀਖ ਤੁਸਾਂ ਕੀ 100 ਰੁਪਏ ਨਹੀਂ ਲੱਭਣੀ ਤਾਂ ਇੱਕ ਸੀਖ ਐਸੀ ਹੈ ਜਿਹੜੀ ਤੁਸਾਂ ਕੀ 200 ਰੁਪਏ ਲੱਭਣੀ। 100 ਲਈ ਕਹਿ ਰਹੀ ਹੈ ਤਾਂ 200 ਲਈ ਤੁਸਾਂ ਕੀ ਇਹ ਦੱਸ ਦੇਣਾ ਪਿਆ ਇਹ 100 ਵਾਲੀ ਆ ਇਹ 100 ਵਾਲੀ ਠੀਕ ਆ ਠੀਕ ਹੋਈ ਗਿਆ ਤਾਂ 200 ਵਾਲੀ ਕਰੀਏ ਕਿ 200 ਵਾਲੀ ਇਹ ਆ ਦੱਸ। ਅੱਛਾ ਇਹ 200 ਵਾਲੀ ਆ ਜੀ ਜੀ ਆ 200 ਵਾਲੀ ਤਾਂ ਦੋਈ ਫਰਕ ਕਿਆ ਆ ਦੋ ਕੀ ਫਰਕ ਹੈ ਉਸਨੇ ਛੋਟੀ ਬੋਟੀ ਲਗੀ ਵੀ ਜੀ ਉਸਨੇ ਚਾਰੀਆਂ ਲਗੀਆਂ ਕਿੰਨਾ ਪੰਜ ਲਗੀਆਂ ਉਸਨੇ ਚਾਰ ਲਗੀਆਂ ਉਸਨੇ ਪੰਜ ਲਗੀਆਂ ਉਸਦੀ ਬੋਟੀ ਜਿਹੜੀ ਆ ਜੋ ਔਰ ਨੀਚੀ ਆ ਇਸਦੀ ਬੋਟੀ ਜਿਹੜੀ ਆ ਜੋ ਉਹ ਬੜੀ ਆ ਤਾਂ ਮਾਵੇਂ ਨਾਲ ਕੀ ਹਵਾ ਮਾ ਮਿਲਣਾ ਸਾ ਬੜੇ ਬੜੇ ਦੂਰੋਂ ਆਈ ਰਿਹਾ ਤਾਂ ਨਾਲ ਹੀ ਮੁਬਾਰਕਬਾਦ ਦੇ ਰਿਹਾ ਤਾਂ ਨਾਲ ਹੀ ਤਿੱਕਾ ਬੋਟੀ ਨਹੀਂ ਆਰਡਰ ਕਰ ਸਕਦਾ ਤਾਂ ਖਾਸਣ ਵੀ ਆ ਜਨਾਬ ਤੁਸਾਂ ਕੀ ਸ਼ਾਦੀ ਨਾ ਕੰਮ ਹੈ ਨਾ ਬਿਹਤਰੀਨ ਤੋਂ ਬਿਹਤਰੀਨ ਤੁਸਾਂ ਕੀ ਦਾਮ ਮਿਲ ਸੀ ਸ਼ਾਦੀ ਨਾ ਕੰਮ ਹੈ ਜੀ ਔਰ ਇਹ ਜਿਹੜਾ ਆਪਾਂ ਸ਼ੁਰੂ ਕੀਤਾ ਤਾਂ ਇੱਥੋਂ ਨਾਲ ਥੋੜੀ ਹੈਲਪ ਕਰੋ ਖੂਬਸੂਰਤੀ ਨਾਲ ਤੁਸਾਂ ਕੀ ਹਰ ਚੀਜ਼ ਦਿੱਤੀ ਜਾਂਦੀ ਕੋਈ ਟੈਨਸ਼ਨ ਨਹੀਂ ਸਜਾਵਟ ਨਾਲ ਜੀ ਹਰ ਚੀਜ਼ ਲੋੜ ਹੀ ਕੋਣਾ ਤਾਂ ਬੇਰੇ ਨੇ ਜਗ੍ਹਾ ਆਇਆ ਬੇਰੇ ਜਗ੍ਹਾ ਤੋਂ ਬਿਹਤਰੀਨ ਕਿਸਮ ਦੇ ਬਣਾਵਾ ਮੈਂ ਅੰਦਰ ਮਾ ਕੋਈ ਦਫ਼ਤਰ ਹੈ ਇੱਥੇ ਹੀ ਬੇਰੇ ਜਗ੍ਹਾ ਤੋਂ 10-15 ਬੰਦੇ ਦਫ਼ਤਰ ਹੀ ਬੈ ਸਕਣ ਇਹ ਵੀ ਸਿਸਟਮ ਇਕਰਾਨ ਕਰਨ ਨਾਲ ਕੱਲਾ ਪਰਸੋਂ ਹੀ ਸ਼ੁਰੂ ਕਰ ਦਿੱਤਾ ਤਾਂ ਇਹ ਬੰਦਾ ਸਾਡੇ ਨਾਲ ਹੈਲਪ ਕਰਦਾ ਜਿਹੜਾ ਨਾਲ ਹੈ ਇਹ ਮਾੜਾ ਨਾਲ ਸਮਝੀ ਨੂੰ ਸਜ਼ਾ ਬਾਗੂ ਹੀ ਜਾਇਆ ਅੱਛਾ ਸਜ਼ਾ ਪੂਰੀ ਪੂਰੀ ਹੈਲਪ ਤਾਂ ਖੱਬਾ ਇਧਰ ਹਾਂਜੀ ਬਿਲਕੁਲ ਮਾਸ਼ਾਅੱਲਾ ਇਹ ਅੱਲਾ ਨੇ ਜ਼ਿੰਦਗੀ ਦਾ 6 ਬੰਦੇ ਜਿੰਨਾ ਮਾੜਾ ਟੈਂਟਾਂ ਨਾਲ ਵੀ ਤਾਂ ਇਹਨਾਂ ਸਾਰੇ ਕੰਮ ਸਾਥ ਦੇਣ ਠੀਕ ਹੈ ਜੀ ਤਾਂ ਕੀ ਆਵਾਮ ਨਾਲ ਆਨਸਨ ਜਾਂ ਨਹੀਂ ਆਨੇ ਜੀ ਜੀ ਆਵਾਮ ਮਾਸ਼ਾਅੱਲਾ ਆਨੇ ਆ ਨਾਲ ਪੂਰੀ ਪੂਰੀ ਸਪੋਰਟ ਕਰਨੇ ਕਦਮ ਕੀ ਖੁਦਾ ਨਾ ਖਾਸਤਾ ਕੋਈ ਪੈਸਾ ਵੀ ਚਾਹੀਦਾ ਸੀ ਤਾਂ ਇਹ ਨਿੱਕੀ ਮਾੜੇ ਨਾਲ ਵੀ ਕਰ ਹਰ ਗੱਲ ਠੀਕ ਹੈ ਤਾਂ ਇਹ ਪਾਪਾ ਕੋ ਤੁਹਾਂ ਦੇ ਨੇ ਇਹ ਕਿਥੋਂ ਆਏ ਇਹ ਮਾੜੇ ਦੋਸਤ ਹੈ ਜੀ ਗੁਜਰਖਾਨ ਨੇ ਇੱਥੇ ਕਾਫੀ ਅਰਸੇ ਤੋਂ ਸਰੇ ਨੇ ਠੀਕ ਹੈ ਮੈਨੇ ਯਾਰ ਤੋਂ ਅੱਛੋ ਮਾੜਾ ਤੋਂ ਟੈਸਟ ਕਰੋ ਨਿਕਲੇ ਸੇ ਪੇ ਭਲਾਈ ਕਿੰਦਾ ਪਿੱਛੋਂ ਨਗਲ ਪੀਆ ਚਾ ਕਿਤਾ ਨੇ ਬਹੁਤ ਅੱਛਾ ਬੜਾ ਟਿਪ ਸੰਦਾ ਹੀ ਹੈ ਤਾਂ ਕਿਆ ਅਰਸੋ ਹੈ ਬੋਟੀ ਚੈੱਕ ਕਰੋ ਜੀ ਰੰਗਤ ਵੀ ਚੈੱਕ ਕਰੋ ਮਾਸ਼ਾਅੱਲਾ ਬਹੁਤ ਹੀ ਪਿਆਰੀ ਰੰਗਤ ਆ ਜੀ ਤਾਂ ਖਾਸੋ ਤਾਂ ਸਵਾਦ ਅਸੀ ਹੈ ਤਾਂ ਨਾ ਖਾਸੋ ਤਾਂ ਫਿਰ ਸਵਾਦ ਕੁਛ ਹੋਏ ਬੰਦਾ ਉਸ ਵੇਲੇ ਬਹਿ ਸਕਣਾ ਜੀ ਜਿਸਾ ਖਾਇਆ ਤਾਂ ਖਾਏ ਨਾ ਤਾਂ ਫਿਰ ਆਹ ਕਿ ਉੱਥੇ ਚੰਗਾ ਬਣਾਉਣਾ ਹੀ ਨਹੀਂ ਹੈ ਜੀ ਅਗਰ ਸਾ ਖਾਧਾ ਨਹੀਂ ਤਾਂ ਬਸ ਉਹ ਕਿਹਾ ਜੀ ਚੰਗਾ ਨਹੀਂ ਬਣਨਾ ਪਿਆ ਅਤੇ ਭਾਪੇ ਨੂੰ ਹਾਫ ਤਿਆਰ ਕੀਤੀਆਂ ਆ ਐਸਾ ਆਰਡਰ ਸੀ ਤਾਂ ਫੁੱਲ ਤੁਸੀਂ ਤਿਆਰ ਕੀਤਾ ਬੇਰੇ ਨਾਲ ਵੀ ਪੂਰਾ ਬੰਦੋਬਸਤ ਹੈ ਛੋਟੀ ਸੇਖ 100 ਰੁਪਇਆ ਤਾਂ ਬੜੀ ਸੇਖ ਹੈ 200 ਰੁਪਇਆ ਨਿੱਕੇ ਵੀ ਪਲੇਟ ਚਾਹੀਏ ਆ ਤੁਹਾਡੇ ਲਈ ਹੁਣ ਸੇਖ ਸੀ ਹੈ ਜਿਸ ਤਰ੍ਹਾਂ ਹੁਣ ਆ ਗਿਆ ਜੀ ਆਰਡਰ ਇਹ ਜਿਹੜੀ ਵਰਾਇਟੀ ਲੱਗੀ ਨਾ ਜੀ ਇਹ ਮੇਨ ਸਮਰੋਠਾ ਮੋੜ 'ਚ ਲੱਗੀ ਹੈ ਸਮਾਣੀ ਸੁਪਰ ਸਟੋਰ ਨੇ ਬਿਲਕੁਲ ਪਾਰ ਸਾਹਮਣੇ ਮਾਵਾਂ ਜੀ ਕੈਂਟ ਸਰਵਿਸ ਤੱਕ ਬੁਝਿਆ ਵੀ ਉਸੀ ਅਸਾਂ ਇਹ ਉਹਨਾਂ ਹੀ ਥਾਂ ਵਰਾਇਟੀ ਲਾਈ ਆ ਤਾਂ ਸਾਰੀ ਨਿਗਰਾਨੀ ਬੰਦਾ ਹੈਲ ਹੀ ਕਰੀ ਰਿਹਾ ਅਸਲਾਮ ਵਾਲੇਕਮ ਵਾਲੇਕਮ ਸਲਾਮ ਆਜੀ ਕੀ ਹਾਲ ਹੈ ਅੱਲਾ ਦਾ ਸ਼ੁਕਰ ਸਾ ਸੋਸ ਹੈ ਠੀਕ ਹੈ ਪਰ ਅੱਲਾ ਨਾਲ ਠੀਕ ਠਾਕ ਅੱਜ ਦਾ ਸੰਗੀ ਦਿਹਾੜੀ ਰਾਮ ਕੋਣ ਸੀ ਤਾਂ ਹੁਣ ਰਾਤੀ ਵੀ ਕੋਣੀ ਹੈ ਆ ਚਲੋ ਲੋਕਾਂ ਮਰੂ ਸੋਲਤਾ ਇਹ ਡੜਿਆ ਜਾਣੇ ਸਾਨੂੰ ਇਥੋਂ ਚੀਜ਼ ਲੱਭਸੀ ਨੇ ਸੋਲਤ ਹੀ ਹੈ ਨਾ ਕੋ ਨਾਲ ਰੋਟੀਆਂ ਵੀ ਦੱਸੋ ਜਾਂ ਹਾਲੀ ਟਿੱਕਾ ਬੁੱਟੀ ਲੱਭ ਸਾ ਨਾਂ ਜਿਹੜੀ ਸ਼ਹਿਰ ਤੋਂ ਲੱਭਸੀ ਮੱਛੀ ਲੱਭਸੀ ਜ਼ਰਾ ਡਿਡਿਆਲ ਸ਼ਹਿਰ ਤਾਂ 12 ਵਜੇ ਬੰਦ ਹੋਣਾ ਸੀ ਅਤੇ ਥੋੜ੍ਹਾ ਨਿੱਕਾ ਬਾਜ਼ਾਰ ਹੈ ਉਸ ਲਿਹਾਜ਼ ਤਾਂ ਨਹੀਂ ਪਰ ਕਿ ਟਾਈਮ ਸਕਦਾ ਮਿਸੀ ਅੱਛਾ ਚੱਕ ਲਓ ਜੀ ਚਟਨੀ ਨਾਲ
ਟਿੱਕਾ ਮਾਸ਼ਾਅੱਲਾ ਇਹ ਡੜੇ ਅਸਾਂ ਬਾਹਰ ਆਨ ਕਰਨੇ ਆ ਬਾਹਰ ਮਛਲੀ ਆ ਅਸਾਂ ਖੋਲੀ ਰੱਖਣੇ ਆ ਸਾਜੀ ਅਜਾ ਤੇ ਚਲੋ ਸੀਜ਼ਨ ਹੀ ਨਹੀਂ ਆਇਆ ਜੇ ਸੀਜ਼ਨ ਆਇਆ ਤਾਂ ਟਾਈਮ ਆ ਪਰ ਵੀ ਹੋ ਸਕਦਾ ਸੀਜ਼ਨ ਮੈਂ ਵੀ ਅਸਾਂ ਸੂਪ ਵੀ ਲਾਸਾਂ ਹੋਰ ਵੀ ਚੀਜ਼ਾਂ ਲਾ ਮੂੰਗਫਲੀ ਹੋਰ ਵੀ ਚੀਜ਼ਾਂ ਸਭ ਦੱਸਾਂ ਠੀਕ ਖਾਦੀ ਨੇ ਬੋਟੀ ਚੰਗੀ ਲੱਗੀ ਕੋਣੀ ਬਹੁ ਮਜ਼ੇ ਨਹੀਂ ਆਇਆ ਇਹ ਸਾੜੀਆਂ ਖਾਸੋ ਜਾਂ ਅੱਧੀਆਂ ਸਾੜੀਆਂ ਨਿਕਾ ਨਹੀਂ ਛੋੜਨਾ ਜੀ ਸਾੜੀਆਂ ਖਾਈ ਤੇ ਛੋੜ ਸੀ ਅਸਾਂ ਚੱਕ ਲਓ ਜਿੱਥੇ ਫੁੱਲ ਬਹਿਣੇ ਦੀ ਸਹੂਲਤ ਹੀ ਮੌਜੂਦ ਹੈ ਅਸਲਾਮ ਵਾਲਕਮ ਅਸਲਾਮ ਵਾਲਕਮ ਕਾਲਾ ਜੀ ਠੀਕ ਹੋ ਸਰ ਠੀਕ ਹੈ ਅਸਲਾਮ ਵਾਲਕਮ ਜੀ ਕਾਲਾ ਠੀਕ ਹੋ ਸਰ ਠੀਕ ਹੈ ਕਿਹ ਜਾ ਸੂ ਆਇਓ ਕਿਹ ਜਾ ਸੂ ਡਡਿਆਲ ਸੂ ਪਹਿਲੇ ਵੀ ਗਾਣੇ ਪਰ ਇਹ ਚੀਜ਼ ਕੋਈ ਹੋਰ ਹੈ ਜੀ ਹਾਂਜੀ ਬਣਿਓ ਕਿਤਨਾ ਸਾਰੀ ਜ਼ਿੰਦਗੀ ਡਰਾਈਵਰੀ ਨਹੀਂ ਗੁਜ਼ਰੀ ਪਹਿਲਾ ਟਾਈਮ ਜਦੋਂ ਡਡਿਆਲੂ ਗੱਡੀ ਟੁਰਨੀ ਹੋਣੀ ਸੀ ਨਾ ਇੱਥੋਂ ਸਿਆਹੋਂ ਉਹ ਵੀ ਚਲਾ ਰਿਹਾ ਬੜੀ ਗੱਡੀ ਮੱਛਾਂ ਛਾਂ ਰੱਖੀਆਂ ਹੋਣੀਆਂ ਸੀ ਉਸਲੇ ਇਹ ਕੜੇ ਪਏ ਹੋਣੇ ਸੀ ਜੋ ਬਣਾਉਣਾ ਸੀ ਨਾ ਜੀ ਹੁਣ ਥੋੜਾ ਬੁੱਢਾ ਆਈ ਗਿਆ ਤਾਂ ਬਸ ਇਸ ਕੰਮ ਲਈ ਗਿਆ ਇਹ ਕੰਮ ਬਹੁਤ ਅੱਛਾ ਹੈ ਤੇ ਦਿੰਦੇ ਖਲਕ ਵੀ ਹੈ ਮੈਂ ਮਨਵਾਜ਼ੀ ਇਸ ਵਿੱਚ ਹੈ ਤਾਂ ਜ਼ੁਬਾਨ ਮਾੜੀ ਹੈ ਜੀ ਆਓ ਤੁਸੀਂ ਜਿਹੜੇ ਮੈਨੂੰ ਜਾਣੇ ਲੋਕ ਸਮਝਦੇ ਹੋ ਕਿ ਮੈਂ ਕੀ ਜ਼ਿਆਦਾ ਬਣਾ ਜੀ ਤਾਂ ਬੇਦੀਨ ਸਾਰਾ ਮਾੜਾ ਸਿਸਟਮ ਹੈ ਤਾਂ ਮਿਹਰਬਾਨੀ ਕਰੀ ਮਾੜੇ ਨਾਲ ਹੈਲਪ ਕਰੋ ਜ਼ਿੰਦਗੀ 'ਚ ਮੈਂ ਇੱਥੇ ਤੁਸਾਂ ਦੀ ਗੁਜ਼ਾਰੀ ਮਿਹਰਬਾਨੀ ਕਰੀ ਜ਼ਿੰਦਗੀ ਕੀ ਇਸ ਲੈਣ ਪਰ ਮਾੜਾ ਨਾਲ ਹੈਲਪ ਕਰੋ ਤੁਸਾਂ ਕੀ ਗਲਤ ਚੀਜ਼ ਨਹੀਂ ਲੱਭੀ ਆ ਸ਼ਾਦੀਆਂ ਨੇ ਉੱਥੋਂ ਕੰਮ ਕਰਨੇ ਮਾੜੇ ਕੋਲ ਕੰਮ ਇੱਥੋਂ ਨਹੀਂ ਦੱਸੋ ਬਿਹਤਰੀਨ ਖਾਣਾ ਸੁਲਭ ਸੀ ਬਿਹਤਰੀਨ ਸਿਸਟਮ ਸੁਲਭ ਸੀ ਜਿਸ ਤਰ੍ਹਾਂ ਮਾਰਕੀਟ ਨਹੀਂ ਹੋਣੀ ਸਰ ਸਿਸਟਮ ਦੇ ਸਾਂ ਮੇਰਾ ਜਿੱਤ ਸਹੀ ਵੀ ਕਮੀ ਨਜ਼ਰ ਰੱਖੀ ਸਾਂ ਬਹੁ ਹੈ ਉਹ ਕਮੀ ਦੂਰ ਕੀਤੀ ਜਾਸੀ ਹੈ ਬਿਲਕੁਲ ਜਿਹੜੀ ਤੁਸਾਂ ਦੀ ਮੈਂ ਮਾੜੇ ਕੰਮ ਵਿੱਚ ਕਮੀ ਸੀਗੀ ਪਤਾ ਲੈਣਾ ਨਹੀਂ ਸਹੀ ਤੁਸਾਂ ਮੈਨੂੰ ਦੱਸੋ ਅੱਛਾ ਭਰਾ ਉਹ ਜਿਹੜਾ ਬੰਦੇ ਦੀ ਗਲਤੀ ਤੂੰ ਸਮਝਾਇਆ ਉਹ ਅੱਛਾ ਬੰਦਾ ਹੋਣਾ ਜੀ ਉਹ ਦੂਰ ਕੀਤੀ ਜਾਸੀ ਡਡਿਆਲ ਸ਼ਹਿਰ ਇਹ ਹੁਣ ਤੁਸਾਂ ਵਾਸਤੇ ਇੱਥੇ ਵਰਾਇਟੀ ਲਾਈ ਗਈ ਹੈ ਖਾਸ ਕਰ ਤਾਂ ਖਾਦਮਾਬਾਦ ਸਿਆਹ ਚਤਰੋ ਅਲੀ ਆਵਾਮ ਵਾਸਤੇ ਕਿਉਂਕਿ ਉਹਨਾਂ ਦਾ ਸਫ਼ਰ ਇੱਥੋਂ ਹੋ ਜਾਣਾ ਸੀ ਆ ਡਬਲ ਸੋ ਉਹਨਾਂ ਕਿ ਉਹਨਾਂ ਡਬਲ ਸਫ਼ਰ ਹੁੰਦਾ ਹੈ ਕਰੀਦਾ ਡਡਿਆਲ ਨਹੀਂ ਜਾਣਾ ਪੈਣ ਗਿਆ ਉਹਨਾਂ ਕਿ ਇੱਥੇ ਹੀ ਵਰਾਇਟੀ ਮਿਲ ਸੀ ਆ ਸਮਰੋਠਾ ਮੋੜੀ ਤੋਂ ਫਾਈਨਲੀ ਉਹਨਾਂ ਟੂਰ ਸਾਰਾ ਹੋ ਗਿਆ ਜੀ ਘਰਾਂ ਦੀ ਤਰਫ ਤਾਂ ਰੋਡ ਬਿਲਕੁਲ ਹੀ ਸੁਨਸਾਨ ਹੈ ਸੁਨਸਾਨ ਹੈ ਮੋਟਰਸਾਈਕਲਾਂ ਤੋਂ ਬਗੈਰ ਪਤਾ ਕੌਣ ਚੱਲੀ ਜਾ ਕੇ ਵਾਕਈ ਮੈਂ ਇਸ ਵੇਲੇ ਰੋਡਾਂ ਪਰ ਮੌਜੂਦ ਹਾਂ ਤਾਂ ਮੈਂ ਇੱਕ ਚੀਜ਼ ਚੇਂਜ ਨਹੀਂ ਸੀ ਤਾਂ ਮੈਂ ਗਿਆ ਸਮਰੋਠੇ ਮੋੜਾ ਵੀ ਤੱਕ ਗਿਆ ਤੱਕਿਆ ਤਾਂ ਮੈਂ ਰੌਣਕਾਂ ਲੱਗੀਆਂ ਵਾਂ ਕਿਉਂਕਿ ਇਹ ਰੌਣਕਾਂ ਪਹਿਲੀ ਵਾਰੀ ਲੱਗੀਆਂ ਇੱਥੇ ਇਸ ਤਰ੍ਹਾਂ ਦੀਆਂ ਰੌਣਕਾਂ ਅੱਗੇ ਕਿੱਦਾਂ ਵੀ ਇੱਥੇ ਨਹੀਂ ਲੱਗੀਆਂ ਕਿਉਂਕਿ ਅੱਗੇ ਹੁਣ ਏਰੀਆ ਸਰਦੀ ਦੀ ਮੁਨਾਸਬਤ ਨਾਲ ਇੱਥੇ ਮੁਖਤਲਿਫ ਖਾਣੇ ਲੱਗੇ ਜੀ ਜਿਨ੍ਹਾਂ ਵਿੱਚ ਟਿੱਕਾ ਬੋਟੀ ਆ ਤਾਂ ਅੱਗੇ ਆਪਣੇ ਕੁਝ ਪੀਣੇ ਲਈ ਚੀਜ਼ਾਂ ਹੋ ਸਨ ਉਹ ਹੁਣ ਪੀਣੇ ਲਈ ਆਹੋ ਜਾਂ ਖਾਣੇ ਲਈ ਆਹੋ ਉਦੋਂ ਵੀ ਚੀਜ਼ ਚਲੀ ਜਾਣੀਆਂ ਕਿਉਂਕਿ ਉਹ ਸੀ ਆ ਸੂਪ ਤਾਂ ਇਸ ਸਰਦੀ 'ਚ ਨਹੀਂ ਤਾਂ ਫਿਰ ਆਵਾਮ ਆ ਸੂਪ ਵੀ ਪੀਣਾ ਪਸੰਦ ਕਰਨੀ ਹੈ ਤਾਂ ਮੈਂ ਸਾਂ ਕਿ ਇਹ ਐਸਾ ਕਿ ਤੁਸੀਂ ਇੱਥੇ ਇੱਕ ਵਾਰੀ ਅੱਛੋ ਇਹਨਾਂ ਦੀਆਂ ਵਰਾਇਟੀਆਂ ਚੈੱਕ ਕਰੋ ਵੈਸੇ ਵੀ ਇਹਨਾਂ ਦਾ ਖਾਣਾ ਕਾਫੀ ਮਸ਼ਹੂਰ ਹੈ ਮਾਵਾਂ ਜੀ ਕੈਂਟ ਸਰਵਿਸ ਆ ਤਾਂ ਇਹ ਵੀ ਵਰਾਇਟੀ ਇਨਸ਼ਾਅੱਲਾ ਸਾਂ ਕਿ ਪਸੰਦ ਅਸੀਂ ਹੈ ਜ਼ਹਿਰ ਸਾਂ ਇੱਥੇ ਇਸ ਵਾਰ ਤਾਂ ਫਿਰ ਸਾਂ ਅਗਲੇ ਨੇ ਵਰਾਇਟੀ ਨਾਲ ਬਹਿ ਸਕਣ ਅਗਲੇ ਨੇ ਖਾਣੇ ਨਾਲ ਬਾਲੀ ਬਹਿ ਸਕਦੇ ਹਾਂ ਕਿ ਉਸ ਨਾਲ ਖਾਣਾ ਕੈਸਾ ਹੈ ਸੋ ਅੱਜ ਦੀ ਵੀਡੀਓ ਦੇ ਦੌਰਾਨ ਅਗਰ ਕਿਸੇ ਕਿਸਮ ਦੀ ਗਲਤੀ ਕੀਤੀ ਹੋਈ ਹੈ ਤਾਂ ਮਾਫ਼ ਕਰਿਆ ਤਾਂ ਬਹੁਤ ਜਲਦ ਸਾਨੂੰ ਖਿਦਮਤ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋ ਸਕਦਾ ਤਦ ਤੱਕ ਦੱਸੋ ਇਜਾਜ਼ਤ ਹੀ ਮਾਨ ਅੱਲਾ